ਬਰ ਮਾਡਲ ਦਿਵਿਆ ਪਹੂਜਾ ਨਾਲ ਜੁੜੀ ਹੋਈ ਹੈ ਮਾਡਲ ਦਿਵਿਆ ਪਹੂਜਾ ਦੀ লাশ ਦਾ ਸੁਰਾਗ ਮਿਲਿਆ ਹੈ ਕਤਲ ਤੋਂ ਬਾਅਦ ਦਿਵਿਆ ਪਹੂਜਾ ਦੀ লাশ ਪਾਖੜਾ ਨਹਿਰ ਚ ਛੁੱਟੀ ਗਈ ਹੈ ਬਲਰਾਜ ਗਿਲ ਦੀ ਗ੍ਰਿਫਤਾਰੀ ਤੋਂ ਬਾਅਦ ਇਹ ਖੁਲਾਸਾ ਹੋਇਆ ਅਸੀਂ ਤੁਹਾਨੂੰ ਦੱਸ ਦਈਏ ਕਿ ਇਹ तमाम ਜਾਣਕਾਰੀ ਸੂਤਰਾਂ ਦੇ ਹਵਾਲੇ ਤੋਂ ਆ ਰਹੀ ਹੈ ਹਜੇ ਇਸ ਦੀ ਕੋਈ ਅਧਿਕਾਰਿਕ ਤੌਰ ਤੇ ਪੁਸ਼ਟੀ ਨਹੀਂ ਹੋਈ ਹੈ ਉਦੋਂ ਅਸੀਂ ਤੁਹਾਨੂੰ ਦੱਸ ਦਈਏ ਪਟਿਆਲਾ ਚ ਪਾਖੜਾ ਨਹਿਰ ਚ লাশ ਦੀ ਭਾਲ ਜਾਰੀ ਹੈ ਪਸਿਆਣਾ ਤੋਂ ਸੰਗਰੂਰ ਦੇ ਖਨੌਰੀ ਤੱਕ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਮਾਡਲ ਦਿਵਿਆ ਪੂਜਾ ਕਤਲ ਮਾਮਲੇ ਵਿੱਚ